पिछले कुछ दिनों तो लगातार एक घटना वापरी। पहला सारागढ़ी सरां दे कोल एक धमाका होया, वो तो बाद फिर दूए दिन एक धमाका फिर होया जिहदे बारे तफ्तीश जिहड़ी डूंघाई च करनी बनती सी। मैं उस दिन भी कहा सी शक्ति आ जिहड़ी गलियारे दे विच साडी स्ट्रीट दे विच जिहड़ी इहो जी उह इंडीकेशनां दे रहे आ। सरकार की टोटल फेलियर आ। जे इहनूं डूंघाई दे नाल इहदी जांच कर ली जांदी ते शायद आ जिहड़ी रात घटना वापरी आ ਇਹ ਘਟਨਾ ਨਾ ਵਾਪਰਦੀ। ਪਰ ਮੈਂ ਇਹ ਮਹਿਸੂਸ ਕਰਦਾ ਵੀ ਇਹਦੇ ਪਿੱਛੇ ਕੋਈ ਸਾਜ਼ਿਸ਼ ਬਹੁਤ ਡੂੰਘੀ ਆ, ਜਿਹੜੀ ਸਾਜ਼ਿਸ਼ ਕਿਸੇ ਵੱਲ ਨੂੰ ਇਸ਼ਾਰਾ ਕਰ ਰਹੀ ਆ ਕਿ ਹਾਲਾਤਾਂ ਨੂੰ ਕਿਵੇਂ ਮੁੜ ਗੰਧਲੇ ਕਰਨਾ। ਦਿਨਾਂ ਤੋਂ ਲਗਾਤਾਰ ਇਹ ਘਟਨਾ ਵਾਪਰੀਆਂ। ਪਹਿਲਾਂ ਸਾਰਾਗੜੀ ਸਰਾਂ ਦੇ ਕੋਲ एक धमाका होया, उस तो बाद फिर दूए दिन एक धमाका फिर होया जिहदे बारे तफ्तीश जिहड़ी डूंघाई च करनी बनती सी। मैं उस दिन भी कहा सी कि इहनूं लाइटली नहीं लैना चाहीदा, इहनूं सीरियसली लै के इस गल नूं ਡੰਘਾਈ ਤੱਕ ਜਾਇਆ ਜਾਵੇ ਕਿ ਇਹਨਾਂ ਦੇ ਪਿੱਛੇ ਜਿਹੜਾ ਆ ਇਹ ਕਿਹੜੀ ਸ਼ਕਤੀ ਆ ਜਿਹੜੀ ਗਲਿਆਰੇ ਦੇ ਵਿੱਚ ਸਾਡੀ ਸਟਰੀਟ ਦੇ ਵਿੱਚ ਜਿਹੜੀ ਇਹੋ ਜਿਹੀ ਉਹ ਇੰਡੀਕੇਸ਼ਨਾਂ ਦੇ ਰਹੇ ਆ। ਪਰ ਮੈਂ ਕਹਿ ਸਕਦਾ ਇਹ ਸਰਕਾਰ ਦੀ ਟੋਟਲ ਫੇਲਿਓਰ ਆ। ਜੇ ਇਹਨੂੰ ਡੰਘਾਈ ਦੇ ਨਾਲ ਇਹਦੀ ਜਾਂਚ ਕਰ ਲਈ ਜਾਂਦੀ ਤਾਂ ਸ਼ਾਇਦ ਆ ਜਿਹੜੀ ਰਾਤ ਘਟਨਾ ਵਾਪਰੀ ਆ ਇਹ ਘਟਨਾ ਨਾ ਵਾਪਰਦੀ। ਤੇ ਮੈਨੂੰ ਇੱਕ ਹੋਰ ਵੀ ਭਾਵਨਾ ਲੱਗਦੀ ਆ ਕਿ ਪਿੱਛੇ ਕੋਈ ਸਮਾਂ ਇਹੋ ਜਿਹਾ ਚੱਲਿਆ, ਉਹ ਸੁੱਖ ਸ਼ਾਂਤੀ ਨਾਲ ਸਮਾਂ ਸਾਰਾ ਜਿਹੜਾ ਬਤੀਤ ਹੋ ਗਿਆ। ਇਹ ਮੇਰਾ ਖਿਆਲ ਉਹ ਐਪੀਸੋਡ ਤੋਂ ਬਾਅਦ ਦੂਆ ਐਪੀਸੋਡ ਸ਼ੁਰੂ ਹੋ ਗਿਆ। ਮੈਂ ਰੂਲ ਆਊਟ ਨਹੀਂ ਕਰਦਾ ਇਹਦੇ ਪਿੱਛੇ ਕਿਹੜੀਆਂ ਸ਼ਕਤੀਆਂ ਆ। ਮੈਂ ਹਾਲੇ ਉਹਨਾਂ ਬਾਰੇ ਕੋਈ, ਕਿਉਂਕਿ ਅਨਨੋਨ ਹੀ ਹੁੰਦੇ ਆ ਜਿਹੜੇ ਇਹੋ ਜਿਹੀਆਂ ਘਨਾਉਣੀਆਂ ਹਰਕਤਾਂ ਕਰਦੇ ਆ ਗੁਰੂ ਘਰਾਂ ਨਾਲ ਸੰਬੰਧਿਤ। ਪਰ ਮੈਂ ਇਹ ਮਹਿਸੂਸ ਕਰਦਾ ਵੀ ਇਹਦੇ ਪਿੱਛੇ ਕੋਈ ਸਾਜ਼ਿਸ਼ ਬਹੁਤ ਡੂੰਘੀ ਆ, ਜਿਹੜੀ ਸਾਜ਼ਿਸ਼ ਕਿਸੇ ਵੱਲ ਨੂੰ ਇਸ਼ਾਰਾ ਕਰ ਰਹੀ ਆ ਕਿ ਹਾਲਾਤਾਂ ਨੂੰ ਕਿਵੇਂ ਮੁੜ ਗੰਧਲੇ ਕਰਨਾ। ਸੋ ਇਹ ਜਿਹੜੀ ਰਾਤ ਘਟਨਾ ਵਾਪਰੀ ਆ ਬਹੁਤ ਨਿੰਦਣਯੋਗ ਨੇ, ਬਹੁਤ ਦੁਖਦਾਈ ਆ। ਇਹ ਗੁਰੂ ਰਾਮਦਾਸ ਪਾਤਸ਼ਾਹ ਦੀ ਪਵਿੱਤਰ ਨਗਰੀ ਆ। ਇਸ ਪਵਿੱਤਰ ਨਗਰੀ ਦੇ ਵਿੱਚ ਹਰ ਇੱਕ ਬੰਦਾ ਆ ਕੇ ਸੁੱਖ ਸ਼ਾਂਤੀ ਮੰਗਦਾ ਅਤੇ ਸਤਿਗੁਰੂ ਜੀ ਸੁੱਖ ਸ਼ਾਂਤੀ ਪ੍ਰਦਾਨ ਕਰਦੇ ਆ। ਪਰ ਕੁਝ ਤਾਕਤਾਂ ਜਿਹੜੀਆਂ ਉਹ ਇਸ ਧਾਰਮਿਕ ਭਾਵਨਾ ਨਾਲ ਵੀ ਖਿਲਵਾੜ ਕਰ ਜਾਂਦੀਆਂ ਆਪਣੀਆਂ ਪੋਲੀਟੀਕਲ ਐਂਡਸ ਦੀ ਪੂਰਤੀ ਲਈ। ਪਰ ਮੈਂ ਕਹਿਣਾ ਚਾਹੁੰਦਾ ਕਿ ਗੁਰੂ ਦਾਰਿਆ ਇੱਥੇ ਜਿਹੜਾ ਚੜ ਕੇ ਆਇਆ ਉਹ ਗੁਰੂ ਸਾਹਿਬ ਜੀ ਨੇ ਉਹਦਾ ਆਪ ਹੀ ਜਿੱਦਾਂ ਵੀ ਇਤਿਹਾਸ ਗਵਾਹ ਆ ਉੱਤਰ ਦਿੱਤਾ। ਅਤੇ ਜੋ ਕੋਈ ਦੁਖੀ ਹਿਰਦੇ ਨਾਲ ਆ ਕੇ ਇਸ ਦਰ 'ਤੇ ਆ ਕੇ ਅਰਦਾਸ ਕਰਦਾ, ਸਤਿਗੁਰ ਜੀ ਉਹਦੀ ਦਰ ਦੇ ਉੱਤੇ ਅਰਦਾਸ ਪ੍ਰਵਾਨ ਵੀ ਕਰਦੇ। ਇਹ ਨਿਮਾਣਿਆਂ ਦਾ ਘਰ ਆ, ਨਿਤਾਣਿਆਂ ਦਾ ਘਰ ਆ। ਸੋ ਅੱਜ ਰਾਤ ਇਹ ਤਕਰੀਬਨ 12:09 ਦੀ ਘਟਨਾ ਆ। ਔਰ ਉਸ ਘਟਨਾ ਦੇ ਵਿੱਚ ਜਿਸ ਵੇਲੇ ਇਹ ਇਧਰਲੇ ਪਾਸੇ ਧਮਾਕਾ ਹੋਇਆ, ਸਾਡੇ ਜਿਹੜੇ ਮੁੰਡੇ ਸੀਸੀ ਫੁਟੇਜ ਵਾਲੇ ਜਿਹੜੇ ਉੱਥੇ ਕੈਮਰਿਆਂ 'ਤੇ ਬੈਠੇ ਆ, ਉਹਨਾਂ ਨੇ ਇਹ ਸਾਰਾ ਦੇਖ ਕੇ ਆਪਣੀ ਜਿਹੜੀ ਟੀਮ ਸੀ ਉਹ ਸਾਰੀ ਨਠਾਈ। ਪਿਛਲੇ ਪਾਸੇ ਪਹਿਲਾਂ ਉਹਨੇ ਅੰਦਰ ਆ ਕੇ ਦੇਖਿਆ ਵੀ ਜਿਸ ਬਾਥਰੂਮ ਦੇ ਵਿੱਚ, ਕਿਉਂਕਿ ਸੀਸੀਟੀਵੀ ਕੈਮਰੇ ਲੱਗੇ ਆ, ਉਹ ਬਾਥਰੂਮ ਸੁੱਕਾ ਸੀ। ਉਸ ਤੋਂ ਬਾਅਦ ਬਾਹਰਲੇ ਪਾਸੇ ਜਾ ਕੇ ਦੇਖਿਆ ਧੂੰਆਂ ਸੀਗਾ। ਮੇਨ ਬਾਈਲ ਪੁਲਿਸ ਵੀ ਉੱਧਰੋਂ ਬਾਹਰਲੇ ਪਾਸੇ ਆ ਗਈ, ਉਹਨੇ ਵੀ ਆ ਕੇ ਸਾਰੀ ਜਿੰਨੀ ਵੀ ਪੁੱਛ ਪੜਤਾਲ, ਅਤੇ ਉਹ ਤੋਂ ਇਲਾਵਾ ਜਿਹੜੇ ਸਾਡੀ ਟੀਮ ਗਈ ਸੀ ਉਹਨਾਂ ਨੂੰ ਉੱਥੋਂ ਕੁਛ ਟੁਕੜੇ ਕਾਗਜ਼ਾਂ ਦੇ ਜਿਹੜੇ ਉਹ ਮਿਲੇ।
ਉਹ ਕਾਗਜ਼ ਦੇ ਟੁਕੜੇ ਜਿਹੜੇ ਸੀ ਉਹ ਪੁਲਿਸ ਦੇ ਸਪੁਰਦ ਕਰ ਦਿੱਤੇ। ਬਾਅਦ ਦੇ ਵਿੱਚ ਦੌੜਬਾਜ ਕਰਦਿਆਂ ਤੇ ਜਿਹੜੀ ਸਾਡੇ ਉੱਥੇ ਕੈਮਰਿਆਂ ਦੇ ਉੱਤੇ ਇੰਚਾਰਜ ਲੱਗਾ ਆ, ਉਹਨੇ ਬੱਚੇ ਨੇ ਮਿਹਨਤ ਕਰਕੇ ਉਸ ਘਟਨਾ ਦੇ ਸਮੇਂ ਦੀ ਸਾਰੀ ਵੀਡੀਓ ਜਿਹਲੇ ਕੱਢੀ ਅਤੇ ਸਾਡੇ ਕੋਲ ਇੱਕ ਬੰਦਾ ਜਿਹੜਾ ਉਹ ਲੋਕੇਟ ਹੋ ਗਿਆ ਔਰ ਉਹਨੇ ਉਹਦੇ ਤਹਿਤ ਹੀ ਸਾਡੇ ਮੈਨੇਜਰ ਸਾਹਿਬਾਨਾਂ ਨੂੰ ਅਤੇ ਜਿਹੜਾ ਸਾਡਾ ਸੁਰੱਖਿਆ ਦਸਤਾ ਉੱਥੇ ਮੌਜੂਦ ਆ ਉਹ ਸੁਰੱਖਿਆ ਦਸਤੇ ਨੂੰ ਤੁਰੰਤ ਹਰਕਤ 'ਚ ਲਿਆਂਦਾ ਕਿਉਂਕਿ ਉਹਦੀ ਜਿਹੜੀ ਆਈਡੈਂਟੀਫਿਕੇਸ਼ਨ ਸੀ ਕੈਮਰਿਆਂ ਦੇ ਵਿੱਚ ਆ ਚੁੱਕੀ ਸੀ। ਉਹ ਇਹ ਕਾਂਡ ਤੋਂ ਬਾਅਦ ਜਾ ਕੇ ਸੌਂ ਗਿਆ, ਬਾਹਰ ਬਰਾਂਡੇ 'ਚ ਸੁੱਤਾ ਸੀ ਅਤੇ ਸਾਡੇ ਫਿਰ ਉਹ ਸੁਰੱਖਿਆ ਦਸਤੇ ਤੁਰੰਤ ਜਿਹੜੇ ਆ ਹਰਕਤ ਵਿੱਚ ਆਏ ਔਰ ਉਹ ਬੰਦਾ ਜਿਹੜਾ ਸੀ ਉਹ ਲੋਕੇਟ ਹੋ ਗਿਆ, ਉਹ ਬੰਦਾ ਐਪਰੀਹੈਂਡ ਕੀਤਾ ਅਤੇ ਮੀਨਵਾਈਲ ਜਿਹੜੀ ਪੁਲਿਸ ਆ ਉਹ ਵੀ ਆ ਗਈ ਸੀ। ਹੁਣ ਉਹਦੇ ਨਾਲ ਉਸ ਬੰਦੇ ਦੀ ਪੁੱਛਗਿੱਛ ਤੋਂ ਬਾਅਦ ਕੋਈ ਇੱਕ ਜੋੜਾ ਹੋਰ ਨਾਲ ਸੀ ਉਹਨਾਂ ਦਾ, ਉਹ ਵੀ ਪੁਲਿਸ ਨੇ ਐਪਰੀਹੈਂਡ ਕਰਕੇ ਲੈ ਗਿਆ ਨਾਲ। ਪਰ ਮੈਂ ਕਹਿ ਸਕਦਾ ਕਿ ਜਿਹੜੇ ਸਾਡੇ ਇਹ ਮੁੰਡੇ ਜਿੰਨੇ ਵੀ ਉੱਥੇ ਕੈਮਰਿਆਂ 'ਤੇ ਬੈਠੇ ਆ ਅਤੇ ਜਿੰਨੇ ਵੀ ਸੁਰੱਖਿਆ ਦੱਸਦੇ ਆ, ਇਹਨਾਂ ਨੇ ਤੁਰੰਤ ਹਰਕਤ 'ਚ ਆਉਣ ਦੇ ਵਿੱਚ ਜਿਹੜਾ ਕਾਰਜ ਤੇਜ਼ੀ ਨਾਲ ਕਰਕੇ ਇਹਨਾਂ ਨੇ ਇੱਥੇ ਵੱਡਾ ਕੋਈ ਦੁਰਘਟਨਾ ਹੋਣ ਤੋਂ ਬਚਾ ਲਈ। ਇਹ ਮੈਂ ਸਮਝਦਾ ਇਹਨਾਂ ਦਾ ਹੌਸਲਾ ਜਿਹੜਾ ਇਹਨੂੰ ਹੌਸਲੇ ਨੂੰ ਹੋਰ ਜਿਹੜਾ ਵਧਾਉਣਾ ਚਾਹੀਦਾ ਕਿ ਇਹਨਾਂ ਨੇ ਸਾਰਾ ਹੀ ਕਾਰਜ ਜਿਹੜਾ ਉਹ ਕੀਤਾ। ਬਾਕੀ ਕਿਉਂਕਿ ਤੁਸੀਂ ਮੀਡੀਆ ਆ ਸਾਰੇ, ਜਿਹੜੇ ਐਪਰੀਹੈਂਡ ਹੋਏ ਬੰਦੇ ਉਹ ਪੁਲਿਸ ਕੋਲ ਆ, ਉਹ ਬਾਕੀ ਦੀ ਤਫਤੀਸ਼ ਪੁਲਿਸ ਨੇ ਕਰਨੀ ਆ। ਪਰ ਸਰਕਾਰ ਦੀ ਨਲੈਕੀ ਅਤੇ ਨਾਕਾਮੀ ਆ ਕਿ ਜੇ ਪਹਿਲਾਂ ਦੋ ਇੰਸੀਡੈਂਟਾਂ ਨੂੰ ਡੰਗਾਈ ਦੇ ਨਾਲ ਬਚਿਆ ਜਾਂਦਾ ਤਾਂ ਆਹ ਤੀਜੀ ਘਟਨਾ ਨਹੀਂ ਸੀ ਹੋਣੀ। ਸੋ ਮੈਂ ਤਾਂ ਸਮਝਦਾ ਪੁਲਿਸ ਦੀ ਇਹਦੀ ਆਪਣੇ ਸਰਕਾਰ ਦੀ ਟੋਟਲ ਫੇਲੀਅਰ ਇਸ ਕਰਕੇ ਆ ਕਿ ਇਹਨੂੰ ਸੀਰੀਅਸਲੀ ਲੈਂਦੇ ਹੀ ਨਹੀਂ। ਇਸ ਕਰਕੇ ਇਹ ਗੁਰੂ ਸਾਹਿਬ ਨੇ ਕਿਰਪਾ ਕੀਤੀ, ਬਖਸ਼ਿਸ਼ ਕੀਤੀ, ਕੋਈ ਨੁਕਸਾਨ ਹੋਣ ਤੋਂ ਬਚ ਗਿਆ। ਅਤੇ ਗੁਰੂ ਦਰ ਦੇ ਵਿੱਚ ਅਰਦਾਸ ਵੀ ਆ, ਤੁਸੀਂ ਵੀ ਸਾਰੇ ਮੀਡੀਆ ਵਾਲੇ ਕਰਿਓ, ਆਪਾਂ ਇੱਕ ਯਤਨ ਕਰੀਏ ਇਹਦੇ ਉੱਤੇ। ਆਪਾਂ ਕਈ ਵਾਰੀ ਕੋਈ ਇਹੋ ਜਿਹਾ ਸਵਾਲ ਕਰ ਲੈਂਦੇ ਜਿਹੜੇ ਸਵਾਲ ਹਾਲੇ ਉਸ ਇਨਵੈਸਟੀਗੇਸ਼ਨ ਦੇ ਘੇਰੇ ਦੇ ਵਿੱਚ ਆ, ਉਹ ਸਾਰਾ ਸਮੇਂ ਸਮੇਂ ਅਨੁਸਾਰ ਜਿਹਲੇ ਇੱਕ ਹੁਣ ਪਹਿਲਾਂ ਪੁਲਿਸ ਦਾ ਦੇਖਦੇ ਹਾਂ ਪੁਲਿਸ ਕਿੱਧਰ ਨੂੰ ਜਾਂਦੀ ਆ, ਪੁਲਿਸ ਕੀ ਕਰਦੀ ਆ, ਉਹ ਤੋਂ ਬਾਅਦ ਫਿਰ ਅਗਲਾ ਵੀ ਕਰਾਂਗੇ ਜਿਹੜੀ ਇਹਦੀ ਹੋਈ ਕਾਰਵਾਈ। ਪਰ ਗੁਰੂ ਸਾਹਿਬ ਕਿਰਪਾ ਕਰਨ, ਬਖਸ਼ਿਸ਼ ਕਰਨ, ਮੈਂ ਤਾਂ ਸਾਰਿਆਂ ਨੂੰ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦਾ, ਪੈਨਿਕ ਨਾ ਹੋਵੋ, ਨਾ ਡਰ ਭੈ ਦੇ ਵਿੱਚ ਰਹੋ। ਇਹ ਗੁਰੂ ਸਾਹਿਬ ਕਿਰਪਾ ਕਰਨ, ਇੱਥੇ ਮਾਹੌਲ ਬਿਲਕੁਲ ਠੀਕ ਠਾਕ ਆ। ਇਹ ਜਿਹੜੇ ਸਾਡੇ ਕੈਮਰਿਆਂ ਵਾਲੇ ਬੱਚੇ, ਇਹਨਾਂ ਨੂੰ ਮੈਂ ਜਿੱਥੇ ਇਹਨਾਂ ਦੀ ਪਿੱਠ ਵੀ ਥਰਪੜਾਉਣਾ ਔਰ ਇਹਨਾਂ ਨੂੰ ਹੋਰ ਵੀ ਕਰਦਾ। ਆਹ ਹੁਣ ਅਸੀਂ ਬੈਠ ਕੇ ਮੀਟਿੰਗਾਂ ਵੀ ਕਰਾਂਗੇ ਵੀ ਫਰਦਰ ਇਹਦੇ ਵਿੱਚ ਕੋਈ ਸਕੈਨਰ ਵਗੈਰਾ ਜੋ ਝੋਲੇ ਲੈ ਕੇ ਆਉਂਦੇ ਕੀ ਕਰਨਾ, ਕਿਉਂਕਿ ਹੁਣ ਤੁਰੰਤ ਸਾਨੂੰ ਲੋੜ ਪੈ ਗਈ ਆ ਵੀ ਇੱਦਾਂ ਦੀ ਘਟਨਾ ਕੋਈ ਹੋਰ ਨਾ ਵਾਪਰ ਜਾਏ। ਪਰ ਮੈਂ ਸਮਝਦਾ ਵੀ ਇਹ ਗੁਰੂ ਦਰ ਦੇ ਉੱਤੇ ਹੀ ਆ ਕੇ ਕਿਉਂ ਇੱਦਾਂ ਦੀਆਂ ਜਿਹੜੀਆਂ ਘਟਨਾਵਾਂ ਕੀਤੀਆਂ ਜਾਂਦੀਆਂ, ਇਹ ਸਾਜ਼ਿਸ਼ ਜਿਹੜੀ ਆ ਇਹ ਜ਼ਰੂਰ ਜਿਹੜੀ ਆ ਇਹ ਨੰਗੀ ਹੋਣੀ ਚਾਹੀਦੀ ਆ। ਇਹੋ ਹੀ ਮੇਰੀ ਸਰਕਾਰ ਤੋਂ ਮੰਗ ਆ। ਮੈਂ ਤਾਂ ਚਾਹੁੰਦਾ ਵੀ ਸਰਕਾਰ ਦੂਸਰਿਆਂ ਨੂੰ ਕੋਸਦੇ ਰਹੇ, ਹੁਣ ਆਪਣੀ ਵਾਰ ਨੂੰ ਚੁੱਪ ਕਰਕੇ ਬੈਠੇ ਆ ਅਤੇ ਫਿਰ ਚੁੱਪ ਕਰਕੇ ਬਹਿਣ ਵਾਲਾ ਜਿਹੜਾ ਮਸਲਾ ਆ ਇਹਨੂੰ ਗੁਰੂ ਸਾਹਿਬ ਕਿਰਪਾ ਕਰਨ, ਇਹ ਹੌਲੀ ਨਾ ਹੌਲੀ ਸਾਰੀਆਂ ਜਿਹੜੀਆਂ ਗੱਲਾਂ ਆ ਉਹ ਨੰਗੀਆਂ ਹੋਈਆਂ ਚਲੇ ਜਾਂਦੀਆਂ। ਇੱਕ ਅਸੀਂ ਦੂਜਾ, ਕਿਉਂਕਿ ਆਹ ਜਿੰਨਾ ਚੁਗਿਰਦਾ ਆ ਸਾਡਾ ਜਾਂ ਹੈਰੀਟੇਜ ਸਟਰੀਟ ਆ ਸਾਡੀ, ਪਹਿਲਾਂ ਤਾਂ ਸਰਕਾਰ ਨੇ ਉਹਦੀ ਕੇਅਰ ਹੀ ਕੋਈ ਨਹੀਂ ਕੀਤੀ, ਨਾ ਉੱਥੇ ਕੋਈ ਸਫਾਈ ਦਾ ਪ੍ਰਬੰਧ। ਅੱਗੇ ਉੱਥੇ ਸਾਰੇ ਆਪਣੇ LCD ਚੱਲਦੀਆਂ ਸੀ, ਲੋਕ ਜਿਉਂ ਦਰ ਤੋਂ ਉੱਥੋਂ ਪਾਰਕਿੰਗ 'ਚੋਂ ਆਉਂਦੇ ਸੀ, ਗੁਰੂ ਸ਼ਬਦ ਨਾਲ ਜੁੜਦੇ ਸੀ। ਹੁਣ ਅਸੀਂ ਇਹ ਯਤਨ ਕੀਤਾ ਵੀ ਇਹ ਇੱਥੇ ਸਾਰਿਆਂ 'ਤੇ ਕੈਮਰੇ ਵੱਧ ਤੋਂ ਵੱਧ ਲਾਈਏ, ਪਾਰਕਿੰਗ ਤੋਂ ਸ਼ੁਰੂ ਕਰਕੇ ਆ ਚੁਗਿਰਦੇ ਦੇ ਦੁਆਲੇ ਵੀ, ਤਾਂ ਕਿ ਕੋਈ ਇਹੋ ਜਿਹੀ ਘਟਨਾ ਦੁਬਾਰਾ ਨਾ ਵਾਪਰੇ। ਸੋ ਉਹ ਵੀ ਅਸੀਂ ਹੁਣ ਆਪਣਾ ਤੁਰੰਤ ਯਤਨ ਕਰ ਰਹੇ ਹਾਂ। ਉਹ ਪੁਲਿਸ ਦੱਸ ਸਕਦੇ, ਉਹ ਪੁਲਿਸ ਲੱਗ ਗਈ ਸੀ ਪੁਲਿਸ ਦੱਸ ਦੇਖੋ, ਹਾਲੇ ਕੁਛ ਘਟਨਾਵਾਂ ਜਿਹੜੀਆਂ ਆ, ਕੁਛ ਗੱਲਾਂ ਜਿਹੜੀਆਂ ਆ ਉਹ ਤੁਹਾਨੂੰ ਸਮੇਂ ਸਿਰ ਦੱਸ ਦਿਆਂਗੇ, ਉਹ ਤੁਹਾਡੇ ਕੋਲ ਕਨਵੇ ਕਰ ਦਿਆਂਗੇ।
ਉਹ ਪੁਲਿਸ ਉਹ ਵੀ ਪੁਲਿਸ ਲੈ ਗਈ, ਪੁਲਿਸ ਨੇ ਆਪਣੀ ਕਸਟਡੀ ਚ ਲੈ ਲਿਆ। ਹਾਂਜੀ ਇਹ ਸਾਰਾ ਕੁਛ ਕਿਉਂਕਿ ਪੁਲਿਸ ਲੈ ਕੇ ਬੈਕ ਉਸ ਵੇਲੇ, ਉਹ ਹੁਣ ਪੁਲਿਸ ਜਿਹੜੀ ਆ ਉਹ ਤੁਹਾਨੂੰ ਆਪਣੇ ਉਹਦੇ ਬਾਰੇ ਦੱਸੂਗੀ, ਕਿਉਂਕਿ ਅਸੀਂ ਤਾਂ ਉਹ ਬੰਦੇ ਲੋਕੇਟ ਤੁਰੰਤ ਕਰਤੇ, ਐਪਰੀਹੈਂਡ ਕਰਤੇ ਮੁੰਡਿਆਂ ਸਾਡਿਆਂ ਨੇ ਬੜਾ, ਮੈਂ ਤਾਂ ਕਹਿੰਦਾ ਇਹਨਾਂ ਨੇ ਬੜੇ ਵਿਚਾਰਿਆਂ ਨੇ ਦਬਾ ਦਬਸ ਰੱਖਿਆ, ਦੱਸਦਿਆਂ ਨੇ ਵੀ ਸੀਸੀਟੀਵੀ ਵਾਲਿਆਂ ਨੇ ਵੀ ਬੜਾ ਯਤਨ ਕੀਤਾ, ਨਹੀਂ ਤਾਂ ਫਿਰ ਕਈ ਵਾਰੀ ਬੇਕਸੂਰੇ ਹੋਰ ਹੀ ਕੋਲ ਰਗੜੇ ਜਾਂਦੇ ਆ। ਸੋ ਮੈਂ ਤਾਂ ਇਹਨਾਂ ਨੂੰ ਵੀ ਸਮਝਦਾ ਵੀ ਇਹਨਾਂ ਨੇ ਬਹੁਤ ਆਪਣੀ ਡਿਊਟੀ ਜਿਹੜੀ ਬਾਖੂਬੀ ਨਿਭਾਈ। ਉਮਰ ਜਿੱਦਾਂ 35, ਇੱਕ ਤਾਂ 35 ਸਾਲ ਦਾ, ਦੂਆ ਇੱਕ ਕੋਈ ਹੋਰ ਨਵਾਂ ਵਿਆਹ ਜੋੜਾ ਹੈ। ਦੇਖੋ ਮੈਂ ਤਾਂ ਇਹ ਸਮਝਦਾ ਵੀ ਪਿਛਲੇ ਮਾਰਚ ਤੋਂ ਇੱਕ ਕਾਰਜ ਸ਼ੁਰੂ ਹੋਇਆ ਸੀ, ਉਹ ਕਾਰਜ ਦੇ ਵਿੱਚ ਨਿਰਾਸ਼ਾ ਹੀ ਸਰਕਾਰ ਦੇ ਪੱਲੇ ਪਈ, ਏਜੰਸੀਆਂ ਦੇ ਪੱਲੇ ਨਿਰਾਸ਼ਾ ਹੀ ਪਈ, ਹੋਰ ਸੱਚ ਜਿਹੜਾ ਪ੍ਰਗਟ ਹੋ ਗਿਆ। ਅਤੇ ਮੈਂ ਸਮਝਦਾ ਇਹ ਪਤਾ ਨਹੀਂ ਫੇਜ਼ 2 ਹੁਣ ਸ਼ੁਰੂ ਕੀਤਾ ਵੀ ਇਹ ਇਵੇਂ ਦਾ ਕਰਕੇ, ਪਰ ਇੱਕ ਬੜੀ ਮੈਂ ਸਮਝਦਾ ਸਾਡੇ ਲਈ ਇੱਕ ਘਟਨਾ ਹਿਰਦੇ ਬਾਚ ਗਿਆ ਵੀ ਦਰਬਾਰ ਸਾਹਿਬ ਵੱਲ ਨੂੰ ਹੀ ਆ ਕੇ ਜਿਹੜੇ ਆ ਕੋਈ ਕਾਰਜ ਜਿਹੜੇ ਸ਼ੁਰੂ ਕੀਤੇ ਜਾਂਦੇ ਆ, ਇਹ ਸਰਕਾਰਾਂ ਹੁਣ ਡਗਾਈ ਦੇ ਨਾਲ ਲੱਭਣ, ਅਸੀਂ ਵੀ ਲੱਗੇ ਹਾਂ, ਅਸੀਂ ਵੀ ਹੁਣ ਘੱਟ ਨਹੀਂ ਗੁਜ਼ਾਰਨੇ, ਅਸੀਂ ਆਪਣੇ ਤੌਰ 'ਤੇ ਕਿਉਂਕਿ ਅੰਦਰਲਾ ਸਾਡਾ ਨੈਟਵਰਕ ਜਿਹੜਾ ਸੀਸੀ ਫੁਟੇਜ ਦਾ ਬਹੁਤ ਮਲ ਜ਼ਬਰਦਸਤ ਆ, ਹੁਣ ਅਸੀਂ ਤੁਰੰਤ ਲਾ ਕੇ ਸਕੈਨਰ ਸਾਰਿਆਂ ਦੀਆਂ, ਕਿਉਂਕਿ ਅਸੀਂ ਕਈ ਵਾਰੀ ਅਸੀਂ ਸ਼ਰਧਾਲੂਆਂ ਦੀ ਸ਼ਰਧਾ ਵੀ ਨਹੀਂ ਭੰਗ ਕਰਨੀ ਚਾਹੁੰਦੇ, ਪਰ ਹੁਣ ਨਾਓ ਇਟ ਇਜ਼ ਏ ਨੀਡ ਆਫ ਦਾ ਆਰ, ਹੁਣ ਸਾਨੂੰ ਇਹ ਕਰਨਾ ਹੀ ਪਊਗਾ। ਅਤੇ ਅਸੀਂ ਆਪਣੇ ਜਿਹੜੇ ਬਾਹਰਲੇ ਪਾਸੇ ਵੀ ਆ, ਅਸੀਂ ਆਪਣਾ ਦੇਖਾਂਗੇ ਸਾਰਾ, ਤਾਂ ਕਿ ਅਸੀਂ ਆਪਣੇ ਪ੍ਰਬੰਧ ਨੂੰ ਕਿਸੇ ਪੱਖ ਤੋਂ ਵੀ ਢਿੱਲ ਨਾ ਰਹਿਣ ਦਈਏ, ਜਿਹਨੇ ਮਜ਼ਬੂਤੀ ਨਾਲ ਆਪਣੀ ਸੇਵਾ ਜਿਹੜੀ ਹੈ ਡਿਊਟੀ ਨਿਭਾਈ। ਮਨਸ਼ਾ ਇਹਦੇ ਪਿੱਛੇ ਡਿਸਟਰਬੈਂਸ ਹੀ ਆ, ਕੋਈ ਸਿਆਸੀ ਰੋਟੀਆਂ ਸੇਕਣ ਦੀ ਜਿਹੜੀ ਮਨਸ਼ਾ ਦੇ ਨਾਲ, ਇਹ ਮੁੜ ਕੇ ਜਿਹੜੇ ਹਾਲਾਤ ਆ ਪੰਜਾਬ ਦੇ ਗੰਧਲੇ ਹੋਣ, ਅਤੇ ਮੁੜ ਕੇ ਉਹਦੇ ਤਹਿਤ ਫਿਰ ਆਪਣਾ ਸਿਆਸੀ ਮਨਸ਼ਾ ਜਿਹੜੀ ਉਹ ਪੂਰੀ ਕੀਤੀ ਜਾ ਸਕੀ। ਦੇਖੋ ਜਿਹੜੀ ਸਾਡੀ ਟੀਮ ਆ ਉਹ ਸਾਡੇ ਕੋਲੋਂ, ਮੈਂ ਕਿਉਂਕਿ ਹੁਣ ਘੰਟਾ ਹੋ ਗਿਆ ਮੈਨੂੰ ਆਏ ਨੂੰ, ਮੈਂ ਤਾਂ ਤੜਕੇ ਮੈਨੂੰ ਸਹਿਬਾਜ਼ ਸਾਡਾ ਸਕੱਤਰ ਆ ਅਮੀਰ ਸਕੱਤਰ ਨੇ ਦੱਸਿਆ, ਮੈਂ ਤਾਂ ਸੱਚ ਕਹਿੰਦੇ ਹਾਂ ਨਿਤਨੇਮ ਕਰਦਾ ਸੀ ਉਸ ਲਈ ਦੌੜਾਂ, ਉਹਦੇ ਲਈ ਅਸੀਂ ਤੁਰੇ ਹਾਂ, ਕਿਉਂਕਿ ਹੁਣ ਤਫਤੀਸ਼ ਜਿਹੜੀ ਉਹ ਪੁਲਿਸ ਨੇ ਕਰਨੀ ਆ, ਅਸੀਂ ਆਪਦਾ ਜਿਹੜਾ ਸਾਡੇ ਕੋਲ ਸਿਸਟਮ ਹੈ ਅਸੀਂ ਉਸ ਸਿਸਟਮ 'ਤੇ ਹੋਰ ਮਜ਼ਬੂਤੀ ਨਾਲ ਕੰਮ ਕਰਾਂਗੇ ਵੀ ਇੱਦਾਂ ਦੀ ਕੋਈ ਗੱਲ ਨਾ ਹੋ ਸਕੇ। ਦੇਖੋ ਕੁਦਰਤੀ ਆ ਵੀ ਜਿਹੜੀ ਆਪਣੇ ਸੰਗਤ ਆ ਉਹਨੂੰ ਇਵੇਂ ਦਾ ਮਹਿਸੂਸ ਹੁੰਦਾ, ਪਰ ਮੈਂ ਤੁਹਾਡੇ ਮੀਡੀਆ ਦੇ ਜ਼ਰੀਏ ਕਹਿੰਦਾ ਥੋੜ੍ਹੀ ਵੀ ਘਬਰਾਹਟ ਨਾ ਲਿਆਓ, ਜਿਹੜੇ ਕਾਰਨ ਵਾਲੇ ਸੀ ਉਹ ਫੜੇ ਗਏ, ਪੁਲਿਸ ਨੇ ਐਪਰੀਹੈਂਡ ਕਰ ਲਏ, ਸਾਡੇ ਆਪਣੇ ਸਟਾਫ ਨੇ ਐਪਰੀਹੈਂਡ ਕਰਵਾ ਤੇ ਉਹ, ਪਰ ਆਹ ਮਾਹੌਲ ਜਿਹੜਾ ਤੁਸੀਂ ਵੀ ਅੰਦਰ ਦੇਖਿਆ, ਇੱਥੇ ਗੁਰੂ ਵਰਤਦਾ, ਇਹ ਆਪਾਂ ਕਈ ਵਾਰੀ ਬੰਦੇ ਕਹਿੰਦੇ ਨੇ ਵੀ ਸ਼ਾਇਦ ਇਹ ਜਿਹੜੇ ਮੈਂ ਸਮਝਦਾ ਸੀਸੀਟੀਵੀ ਫੁਟੇਜ ਦੇ ਸਾਡੇ ਸੁਰੱਖਿਆ ਦੱਸਦੇ, ਇਹ ਵੀ ਗੁਰੂ ਹੀ ਵਰਤਿਆ ਕਿ ਅੰਮ੍ਰਿਤ ਵੇਲਾ ਅੱਧੀ ਰਾਤ ਦਾ ਵੇਲਾ, ਅਤੇ ਗੁਰੂ ਸਾਹਿਬ ਜੀ ਨੇ ਆਪ ਹੀ ਸਾਰੀ ਇਹ ਕਾਰਵਾਈ ਕਰਵਾਈ, ਸੰਗਤਾਂ ਵੱਧ ਚੜ੍ਹ ਕੇ ਆਉਣ, ਔਰ ਨਾਲ ਮੈਂ ਇੱਕ ਬੇਨਤੀ ਹੋਰ ਵੀ ਕਰੂੰਗਾ ਵੀ ਉਹਨਾਂ ਕੇ ਸਮਾਨ ਲਿਆਉਣ ਜਿੰਨਾ ਕੁ ਲੋੜ ਹੁੰਦੀ ਆ, ਇਸ਼ਨਾਨ ਪਾਣੀ ਕਰਨ ਦਾ ਹੁੰਦਾ ਕੋਈ ਹੋਰ ਉਹ ਇੱਦਾਂ ਦਾ ਰੱਖਣ। ਸੋ ਇਸ ਕਰਕੇ ਸੰਗਤਾਂ ਨੂੰ ਮੈਂ ਤੁਹਾਡੇ ਮੀਡੀਆ ਦੇ ਰਾਹੀਂ ਬੇਨਤੀ ਕਰਦਾ ਬਈ ਆਪਾਂ ਨੂੰ ਕੋਈ ਗੱਲ ਨਹੀਂ, ਇਹ ਦਸਤਾਵਸ ਕਰਨ ਵਾਲੇ ਆਪਣਾ ਕੰਮ ਕਰੀ ਜਾਂਦੇ, ਗੁਰੂ ਆਪਣਾ ਕਾਰਜ ਕਰੀ ਜਾਂਦਾ, ਸੰਗਤਾਂ ਨੇ ਨਤਮਸਤਕ ਜਿੱਦਾਂ ਪਹਿਲਾਂ ਹੁੰਦੀਆਂ ਸੀ ਉਦਾਂ ਹੀ ਹੋਗਾ। ਇਹ ਤਾਂ ਹੁਣ ਇਹ ਤਾਂ ਹੁਣ ਪੁਲਿਸ ਦਾ ਮਸਲਾ ਆ ਜੀ ਇਸ ਦਾ, ਕਿਉਂਕਿ ਪਹਿਲਾਂ ਤਾਂ ਉਸ ਕਿਉਂਕਿ ਸੀਸੀਟੀਵੀ ਹੈ ਹੀ ਨਹੀਂ, ਉਹ ਬਾਹਰਲੇ ਪਾਸੇ ਆ, ਉੱਥੇ ਤਾਂ ਅਸੀਂ ਹੁਣ ਕੈਮਰੇ ਹੁਣ ਲਾ ਰਹੇ ਹਾਂ, ਹੁਣ ਯਤਨ ਕਰਾਂਗੇ ਲਾਉਣ ਦਾ। ਉਹ ਸਾਡੀ ਵੀ ਕੋਹ ਜਾ ਰਹੀ ਆ, ਉਹ ਜਿਹੜੇ ਪੁਲਿਸ ਵੀ ਕੋਹ ਕਰੂਗੀ, ਉਹ ਜਿਹੜਾ ਕੁਛ ਉਹ ਸਾਰਾ ਕੁਛ ਤੁਹਾਡੇ ਸਾਹਮਣੇ ਲਿਆਵਾਂਗੇ ਕੋਈ